ਰਾਜਿਆਂ ਦੇ ਜੇ ਪਹਿਲਵਾਨ ਮੈਂ ਗੱਲ ਕਰ ਰਿਹਾ ਸੂਰਜ ਦੀ ਤੇ ਕਾਲੇ ਜਿਆਂ ਦੇ ਜੇ ਵਿੱਕੀ ਪਹਿਲਵਾਨ 22 ਸਾਲ ਦੀ ਉਮਰ ਇੱਕੋ ਜੀ ਉਮਰ ਦੋਨਾਂ ਦੀ 22 ਸਾਲ ਦੀ ਕੁਆਂਟਲ ਪਾਸਲ ਦੇ ਕਰੀਬ ਉਹਨਾਂ ਦਾ ਬਾਡੀ ਵੇਟ ਹੈ ਤੇ ਇਹ ਨੌਜਵਾਨ ਵੀ ਸੋਨੀਪਤ ਦੇ ਵਿੱਚ ਸੋਨੀਪਤ ਜ਼ਿਲ੍ਹੇ ਚ ਪਿੰਡ ਪੈਂਦਾ ਇਸ ਨੌਜਵਾਨ ਦਾ ਵਿੱਕੀ ਦਾ ਅਖਾੜਾ ਤੇ ਰਾਜੇ ਦੇ ਅਖਾੜੇ ਦਾ ਪਹਿਲਵਾਨ ਆ ਜੋ ਸੁਖਨਾ ਲਾ ਦੇ ਕੋਲ ਖਾੜਾ ਚੱਲਦਾ ਹੱਥ ਜੋੜ ਹੋਈ ਦੋਨੇ ਪਹਿਲਵਾਨ ਦੀ ਕੁਸ਼ਤੀ ਸ਼ੁਰੂ 22 ਸਾਲ ਦੀ ਉਮਰ ਕੁਆਂਟਲ ਦੇ ਕਰੀਬ ਉਹਨਾਂ ਦਾ ਬਾਡੀ ਵੇਟ ਹੈ ਔਰ ਚੰਗਾ ਜੁੱਸਾ ਉਹਨਾਂ ਦਾ ਲਓ ਜੀ ਕੁਸ਼ਤੀ ਦੇ ਵਿੱਚ ਦਾਹ ਮਾਰਦੇ ਦੋਨੇ ਪਹਿਲਵਾਨ ਕੈਮਰੇ ਵਾਲੇ ਜੀ ਨੂੰ ਵੀ ਆ ਬੇਨਤੀ ਵੀ ਘੁੰਮੂ ਫਿਰ ਕੇ ਆਪਾਂ ਨੇ ਇਹਨਾਂ ਦੇ ਪਹਿਲਵਾਨਾਂ ਦੇ ਦਾਹ ਪਿੱਛਾ ਨੂੰ ਆਪਣੇ ਕੈਮਰੇ 'ਚ ਨਾਲ ਜਿਹਨਾਂ ਫਿੱਟ ਕਰਨਾ ਤੇ ਆਰ ਪਾਰ ਦੀ ਕੁਸ਼ਤੀ ਚਾਹੀਦੀ 21,000 ਰੁਪਏ ਦੀ ਇਹ ਝੰਡੀ ਦੀ ਕੁਸ਼ਤੀ ਦਾ ਜੋ ਮਾਣ ਆ ਹਰਗੋਬਿੰਦ ਸਿੰਘ ਜੀ ਡਬਈ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਣਾ ਹੈ ਦਾਹ ਮਾਰਦੇ ਪਹਿਲਵਾਨ ਕਿ ਤਾਕਤ ਦੀਆਂ ਦੋ ਖੇਡਾਂ ਯਾਰੋ ਕੁਸ਼ਤੀ ਤੇ ਪਹਿਲਵਾਨੀ ਪਹਿਲਾਂ ਮਾਰ ਗੁਰਾਂ ਤੋਂ ਖਾਣੀ ਹੈ ਕੰਮ ਨਹੀਂ ਆਸਾਨੀ ਖਾਣ ਖੁਰਾਕਾਂ ਸ਼ੌਂਕ ਹੋਇਆ ਆਪੇ ਬੋਲੂ ਜ਼ੁਬਾਨੀ ਗਿਲਾ ਸ਼ਿਕਵਾ ਮਨ 'ਚ ਨਾ ਰੱਖਣ ਇਹ ਮਾਂ ਧਰਤੀ ਦੇ ਜਾਨੀ ਇਹ ਮਾਂ ਧਰਤੀ ਦੇ ਜਾਨੀ ਹਾਂ ਵਿਜੇ ਸੌਂ ਜਰਨੈਲ ਸਾਊਂਡ ਸਰਵਿਸ ਤੋਂ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਰਨੈਲ ਸਾਊਂਡ ਸਰਵਿਸ ਦਾ ਜਿਹਨਾਂ ਦੀ ਵਧੀਆ ਸਾਊਂਡ ਸਾਨੂੰ ਅੱਜ ਮਿਲੀ ਇਸ ਖਾੜੇ ਲਈ ਸੇਵਾ ਦੇ ਲਈ ਪਹਿਲਵਾਨ ਦੇ ਦਾਹ ਲਾਲ ਜੰਗ ਇੱਕ ਸੂਰਜ ਪਹਿਲਵਾਨ ਅਖਾੜਾ ਡੂਮਛੜੀ ਮਹਾਰਾਸ਼ਟਰ ਦੇ ਵਿੱਚ ਸਾਂਗਲੀ ਜ਼ਿਲ੍ਹੇ ਦਾ ਪਹਿਲਵਾਨ ਹਰਿਆਣੇ ਸਟੇਟ ਦਾ ਸੋਨੀਪਤ ਜ਼ਿਲ੍ਹੇ ਦਾ ਪਹਿਲਵਾਨ ਵਿੱਕੀ ਕਾਲੇ ਜੰਗ 'ਚ ਰਾਜਾ ਜੀ ਦੇ ਖਾੜੇ ਦਾ ਪਹਿਲਵਾਨ ਆ ਅਤੇ ਪਰਵਿੰਦਰ ਡੂਮਛੜੀ ਦੇ ਬਾਪੂ ਨਿਰਮਲ ਕਲਤਾਰ ਪਹਿਲਵਾਨ ਜੀ ਦੇ ਖਾੜੇ ਦਾ ਪਹਿਲਵਾਨ ਲਾਲ ਜੰਗ 'ਚ ਇਹ ਆ ਜੀ ਪਹਿਲਵਾਨ ਸੂਰਜ ਮਾਣ ਸਨਮਾਨ ਕਰਨੇ ਨੇ ਸੰਤ ਭਲਵਾਨ ਜੀ ਆ ਕੇ ਸਨਮਾਨ ਲੈਣ ਅਤੇ ਬਾਬਾ ਜਸਪ੍ਰੀਤ ਸਿੰਘ ਜੀ ਅਤੇ ਕਲੱਬ ਦੇ ਮੈਂਬਰ ਮਾਣ ਸਨਮਾਨ ਕਰਨਗੇ ਅਤੇ ਕੁਲਤਾਰ ਪਹਿਲਵਾਨ ਜੀ ਅਖਾੜਾ ਡੂਮਛੜੀ ਤੋਂ ਉਹਨਾਂ ਨੂੰ ਮੇਰੀ ਬੇਨਤੀ ਉਹ ਵੀ ਅੱਗੇ ਸਨਮਾਨ ਲੈਣ ਰਾਜਾ ਪਹਿਲਵਾਨ ਜੀ ਅਖਾੜਾ ਚੰਡੀਗੜ੍ਹ ਸੁਖਨਾ ਲੱਖ ਦੇ ਨੇੜੇ ਅਖਾੜਾ ਵੀਰ ਦਾ ਰਾਜਾ ਜੀ ਜਿਨ੍ਹਾਂ ਦੇ ਅਖਾੜੇ ਦਾ ਪਹਿਲਵਾਨ ਅੱਜ ਕੁਲਤਾਰ ਜੀ ਦੇ ਅਖਾੜੇ ਦੇ ਪਹਿਲਵਾਨ ਸੂਰਜ ਦੇ ਨਾਲ ਅੱਜ ਝੰਡੀ ਦੀ ਕੁਸ਼ਤੀ ਲੜ ਰਿਹਾ ਹੈ ਕੁਸ਼ਤੀ ਰਾਜਾ ਜੀ ਤੁਸੀਂ ਵੀ ਸਨਮਾਨ ਲੈ ਲਿਓ ਕਰਨੈਲ ਸਿੰਘ ਜੀ ਧਨਾਸ ਉਹ ਵੀ ਅੱਗੇ ਸਨਮਾਨ ਲੈਣ ਸਰਦਾਰ ਕਰਨੈਲ ਸਿੰਘ ਜੀ ਪਹਿਲਵਾਨ ਉੱਧਰ ਲੱਖੀ ਸਾਡਾ ਵੀਰ ਖੁੰਨੀ ਮੱਝ ਦੇ ਖੜੇ ਤੋਂ ਪਹੁੰਚੇ ਹੋਏ ਨੇ ਜੋ ਬਟਾਲੇ ਦਾ ਦੰਗਲ 6 ਝੰਡੀ ਦੀਆਂ ਕੁਸ਼ਤੀਆਂ ਪਹਿਲੀ 1,00,000 ਦੀ ਝੰਡੀ ਹੈ 6 ਤਰੀਕ ਨੂੰ ਆਪਾਂ ਉੱਥੇ ਵੀ ਪਹੁੰਚਣਾ ਹੈ ਅਤੇ ਕੁਲਤਾਰ ਜੀ ਉਹ ਵੀ ਅੱਗੇ ਸਨਮਾਨ ਲੈਣ ਵੀਰ ਅਤੇ ਸਰਬਜੀਤ ਜੀ ਸੰਤ ਭਲਵਾਨ ਜੀ ਬੜੇ ਪੰਜਾਬ ਦੇ ਉੱਚ ਕੋਟੀ ਦੇ ਖਾੜਿਆਂ 'ਚ ਜੋੜਾਂ ਮਿਲਾਉਣ ਦੀ ਸੇਵਾ ਇਹ ਵੀਰ ਵੱਲੋਂ ਕਰਵਾਈ ਜਾਂਦੀ ਹੈ ਜਿੱਥੇ ਵੀ ਵੱਡੇ ਵੱਡੇ ਜੰਗਲ ਕਰਵਾਏ ਜਾਂਦੇ ਨੇ ਅਤੇ ਮਾਣ ਸਨਮਾਨ ਵਾਹ ਜੀ ਵਾਹ ਇਹ ਆ ਜੀ ਪਹਿਲਵਾਨ ਸੰਤ ਜੀ ਇਹਨਾਂ ਦਾ ਸਨਮਾਨ ਕੀਤਾ ਗਿਆ ਸਾਡੇ ਇਸ ਪਿੰਡ ਦੀ ਨਗਰ ਦੀ ਕਮੇਟੀ ਦੇ ਵੱਲੋਂ ਸਰਪੰਚ ਸੁਰਜੀਤ ਸਿੰਘ ਜੀ ਅਤੇ ਉਸ ਤੋਂ ਬਾਅਦ ਕਰਨੈਲ ਸਿੰਘ ਜੀ ਧਨਾਸ ਉਹ ਵੀ ਸਨਮਾਨ ਲੈਣ ਇਹ ਮਾਣ ਸਨਮਾਨ ਨੇ ਅਤੇ ਉਸ ਤੋਂ ਬਾਅਦ ਕੁਲਤਾਰ ਪਹਿਲਵਾਨ ਜੀ ਜਿਹਨਾਂ ਦਾ ਭਤੀਜਾ ਕਮਲ ਪਹਿਲਵਾਨ ਜੀ ਰੁਸਤ ਮਹਿੰਦਰ ਭਲਵਾਨ ਨੇ ਹਿੰਦੁਸਤਾਨ ਦੇ ਪਹਿਲਵਾਨਾਂ ਨੂੰ ਚਿੱਤ ਕੀਤਾ ਨਾਮੀ ਪਹਿਲਵਾਨ ਉਹਨਾਂ ਦੇ ਚਾਚਾ ਕੁਲਤਾਰ ਜੀ ਉਹਨਾਂ ਦਾ ਸਨਮਾਨ ਉਹਨਾਂ ਤੋਂ ਬਾਅਦ ਸਰਬਜੀਤ ਸਿੰਘ ਜੀ ਅਖਾੜਾ ਡੂਮਛੜੀ ਦੇ ਵਿੱਚ ਭਲਵਾਨ ਜੀ ਨੇ
काफ़ी समा जोर किया उन्हों का भी सन्मान। तो पहलवान राजा जी मेरा वीर वड्डा भरा राजा बड़ा उच्च कोटी का पहलवान अजकल खड़ा चला रहा है सुपना लख दे कोल जिन्हां दा तैयार किया पट्ठा अज काले यंगे दे विच बगलां भरदे हुए एक दूजे नूं टिब्बी लाउण दी कोशिश फट कढ़न दी कोशिश करदा सूरज पहलवान रोकिया दारू ते सूरज जी उह वी अके सन्मान लैण जो साडे पहलवान ने इह वी अके सन्मान लैण। उस तो बाद जसप्रीत जी ये राजा जी का सन्मान है। उस तो बाद जसप्रीत जी बाबा जी जसप्रीत बाबा जी मालवा टायर तो मालवा फार्म तो वह भी सन्मान लैन जसप्रीत जी ये सन्मान ने। उस तो बाद बेनती करता हनी मालवा जी उन्होंने मेरी बेनती है वह भी सन्मान लैन मालवा टायर से मालवा फार्म तो हनी वीर हाँ जी हनी जी बाप जी बापू जी भी बड़ा मान सम्मान करते हुए बहुत बहुत धन्यवाद। सेवा सिंह जी मास्टर जिन्होंने मेरे लिए बहुत सारा मान 500 रुपए के मान किए ने सेवा सिंह जी मास्टर जी का बहुत बहुत धन्यवाद। तो हनी मालवा जी का बाबा जी का जसप्रीत जी का भी धन्यवाद है। तो जगमोहन वीर साडा वीर हरगोबिंद का लड़का है जिन्हां दे पिता जी ने सानू 21,000 रुपया झंडी के लिए पिता जी सारा भी सम्मान किया गया। उन्हां दा बेटा साडे विच पहुंचिया हरगोबिंद का लड़का जिन्हां दे परिवार वालों 21,000 रुपया सेवा सिंह जी बड़ा मान किया मास्टर जी सेवा जी का बहुत बहुत धन्यवाद मास्टर सेवा सिंह जी का। ये सन मान सम्मान आओ हूँ जुड़िए ग्राउंड के नाल उधर सरजीत सिंह जी मस्तगढ़ वाले साढ़े वीर भी पहुंचे ने 2100 रुपया उन्होंने वालों पूछा किया गया समा सरजीत जी उन्होंने भी सम्मान करते हुए साढ़े क्लब के मैंबर मस्तगढ़ वाले वह भी सम्मान लेंगे। अज दिया कुर्सियां अंदर आनंद ला रहे दर्शकों का भी धन्यवाद जो दूर दूर पहुंचे ने इस दंगल दंगल की सेवा शोभा बढ़ाने लिए और दंगल दिखाई कुर्सियां जिन्हे पहलवान ने उन्हों का भी साड़ी कमेटी वालों असं धन्यवाद करते हैं। देखो कि चुस्त फर्ती लड़ा मारते हैं एक दूजे को धोन के लिए पहलवान सूरज अखाड़ा दूमशेड़ी डाल जंगे च विक्की पहलवान राजा जी के अखाड़ा चंडीगढ़ तो काले जंग ਸਾਬਕਾ ਸਰਪੰਚ ਹਰਜਿੰਦਰ ਸਿੰਘ ਜੀ ਉਹ ਵੀ ਆ ਕੇ ਸਨਮਾਨ ਲੈਣ ਉਹਨਾਂ ਦਾ ਵੀ ਸਰੂਪ ਪਾ ਕੇ ਮਾਣ ਸਨਮਾਨ ਕੀਤਾ ਜਾਣਾ ਹੈ। ਸਾਬਕਾ ਸਰਪੰਚ ਹਰਜਿੰਦਰ ਸਿੰਘ ਜੀ ਹਾਂਜੀ ਇੱਕ ਚਾਬੀ ਡਿੱਗੀ ਹੈ ਸੈਨਾ ਪਾਸ ਜੇ ਕਿਸੇ ਵੀਰ ਨੂੰ ਮਿਲੇ ਉਹ ਵੀਰ ਸਾਡੇ ਕੋਲ ਪੁੱਛਦੀ ਕਰਦੇ ਹੋ ਇੱਕ ਛੱਲਾ ਪਾਇਆ ਚਾਬੀ ਡਿੱਗੀ ਜੇ ਕਿਸੇ ਨੂੰ ਮਿਲਦੀ ਹੈ ਅਤੇ ਬੜੇ ਵਧੀਆ ਡਾ ਅਤੇ ਡਾ ਦੋਵੇਂ ਪਹਿਲਵਾਨ ਮਾਰਦੇ ਹੋਏ ਅਤੇ ਖੇਡਾਂ ਖੇਡ ਕੇ ਚੋਬਨ ਅਤੇ ਨੂੰ ਬਣਦਾ ਖੇਡਾਂ ਨਾਲ ਦੇਸ਼ ਦੀ ਸ਼ਾਨ ਬਣਦੀ ਖੇਡਾਂ ਖੇਡਦੇ ਹੋਣ ਜਿਸ ਦੇਸ਼ ਦੇ ਗੱਭਰੂ ਉਸ ਦੇਸ਼ ਦੀ ਵੱਖਰੀ ਪਹਿਚਾਣ ਬਣਦੀ। ਹਾਂਜੀ ਬਾਪੂ ਧਰਮ ਸਿੰਘ ਜੀ ਅਖਾੜਾ ਡੱਡੂ ਮਾਜਰਾ ਮਾਣਯੋਗ ਸ਼ਖਸੀਅਤਾਂ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨਗੀਆਂ ਬੜਾ ਵਧੀਆ ਅਖਾੜਾ ਡੱਡੂ ਮਾਜਰੇ ਭਲਵਾਨਾਂ ਨੂੰ ਅਖਾੜੇ 'ਚ ਪਹਿਲਵਾਨਾਂ ਦੀ ਬੜੀ ਵਧੀਆ ਸਾਫ਼ ਸੰਭਾਲ ਕਰਦੇ ਨੇ ਉਹ ਵੀ ਆ ਕੇ ਸਨਮਾਨ ਲੈਣ ਆ ਕੇ ਬਾਪੂ ਧਰਮ ਸਿੰਘ ਜੀ ਅਖਾੜਾ ਡੱਡੂ ਮਾਜਰਾ ਖੜਾ ਡੱਡੂ ਮਾਜਰੇ ਤੋਂ ਉਹਨਾਂ ਦਾ ਵੀ ਸਨਮਾਨ ਗਿਆਨ ਭਲਵਾਨ ਜੀ ਧੋਗਾ ਗਿਆਨ ਜੀ ਤੁਸੀਂ ਸਤਿ ਸਿੰਘ ਜੀ ਆ ਗਏ ਨੇ ਪਹਿਲਵਾਨ ਜੀ ਤੁਸੀਂ 1 ਮਿੰਟ ਦੇ ਲਈ ਬਾਹਰ ਆ ਕੇ ਸਨਮਾਨ ਲੈ ਲਿਓ ਅਤੇ ਸੰਤ ਭਲਵਾਨ ਜੀ ਜੋ ਜੋੜਾ ਮਨਾਉਣ ਦੇ ਬੜੇ ਵਧੀਆ ਮਹਾਨ ਨੇ ਵੱਡੇ ਵੱਡੇ ਜੰਗਲਾਂ ਦੇ ਵਿੱਚ ਪਹੁੰਚ ਕੇ ਆਪਣੀ ਇਹ ਸੇਵਾ ਦਿੰਦੇ ਨੇ ਤਕਰੀਬਨ ਗਿਆਨ ਜੀ 13 ਮਿੰਟ ਹੋ ਗਏ ਮੇਰੇ ਖਿਆਲ ਦੇ ਵਿੱਚ 13 ਮਿੰਟ ਦੇ ਕਰੀਬ ਭਲਵਾਨ ਜੀ ਸਤਿ ਸਿੰਘ ਜੀ ਅਤੇ
ज्ञान पहलवान जी जिन्होंने सानू अज रैफरी की वधिया सेवा दिती है उन्हों का भी साडे जंगल के वालों सम्मान। तो समान साढ़े रैफरी साहब को लाया हुआ दसनगे भी कि समा तकरीबन हो चुके हैं। तो बहुत बड़ा धन्यवाद अरदास का मेरा भी सम्मान है दर्शन पहलवान जी उन्होंने भी सम्मान किया। प्रीतम पहलवान जी वो भी आ गए प्रीतम आ गए जी दर्शन पहलवान जी का सम्मान प्रीतम जी प्रीतम जी भी आके सम्मान ले रहे हैं पुराने पहलवान ने कुछ समा बीतदा बीतदा जल जाता तो अज आप जंगल च इस नगर के बच्चे देख रहे हैं वधिया जोड़दार नज़ारा। शिवराम जी शिवराम अंदौर शिवराम अंदौर जी वो भी आके सन्मान लैन शिवराम अंदौर तो पुराने पहलवान जी उन्होंने मेरी बेनती है जे मेरी आवाज सुन रहे हैं तो अज दंगल का वधिया कुश्ती है 21,000 जी हरगोबिंद सिंह जी के परिवार वालों जो 21,000 रुपया सुविधा किया है माली की झंडी के लिए पूरा आप आनंद ला रहे हैं। तकरीबन ज्ञान जी कि समा भी तीस हो गया इस कुश्ती का योगदान है जंगल के लिए भी आके सम्मान लैणगे। तो बाबा जी सम्मान करते हैं जसप्रीत सिंह जी मालवा अपने संभाल की कोशिश तो नौजवान ने उपरा मार के फिर सामने एक दूजे तक करने की कोशिश है दोनों पहलवानों ने वालों। तो 365 दाने सरकार लूरो रेंजर दस्ते दा जो पहलवान इस मिट्टी की कुश्ती वरतते ने जोर से जवानी होंगी उम्र की खेड है दस्ताना बड़ा पेड है हर कोई अपने मान करता है जिहड़ा कोई आया जहान खेतां चौड़ियां करके तुरन वाले परखे जाते हैं इन्हां मैदानां दे अंदर बड़े महामली पहलवान हुए ने कुश्ती आर पार चाहिए पहलवान भीरो जी 21,000 की माली की वड्डी झंडी है आर पार की कुश्ती होनी चाहिए साड़ी कमेटी का फैसला है। तो साढ़े प्रबंधकों का फैसला भी 21,000 की झंडी जो माली की कुश्ती का उस समय बीत गया कुछ रह गया उस समय के आर पार की कुश्ती का साढ़े प्रबंधकों वालों बेनती है पहलवान मारो कोई पटदा पुछदा जा बगा भर के उठा दो ताकि होर भी नजारा आए दर्शक कह रहे ने चुस्ती नहीं दिखा रहे चुस्ती नहीं दिखा रहे पहलवान बैटरी जोहर दिखाई ने मान सम्मान देना है अच्छा दी गल हैगी समय दी मेरे को पहले चार्जर नहीं मेरे को बोल ले तू भी बोल ले हुन कहदा बोल ले
बोल दो फिर दो तीन गाना कट लो ध्यान से पूछती नट पर नहीं खलीफा गाए हमारा डोलची लेकर आ रहा बनवानी चाहिए यार तुम्हें कम से कम तारा गुरु है हाँ यू तो अभी चुटकले सुना रहा हूँ लंग उड़ जाऊंगे बहुत के युवा को भी गुरु है मांगने में बड़े महामारी योधे पहलवान होके गए ने महाभारत दे टीम की गल करिए टिकर पहलवान की गल करिए गुलाम पहलवान कल्लू पहलवान के नाम किसी समय हुई ने 1880 गुलाम कुश्तियां लड़िया सन तो अज समा अपा कितने कुश्ती का अद्धा घंटा 25 मिनट 25 मिनट 20 मिनट बनया गया और हम भाई लड़के से मिला दे जरा मेरे कुश्ती फुर्ती भारी तावन ने पहलवान भारी तावन परेदा पहलवान विक्की काले जांगे दे विच लाल जांगे पहलवान सू अखाड़ा दारू घूम के किना दिया पर्चियां दे ना है जिन्होंने कुश्तियां दिखाइया पहलवाना ने उन्होंने सारी यही फेस किया कि भाई तुम जाना चाहिए अपना मान सम्मान लेके जाओ ऐस कुश्ती की समाप्ति के बाद किसकी कुश्ती हो लास्ट पट्टी और फिर तो बन गया काम उसका भाई नेट से कुश्ती मारने का क्या फायदा नु पैसे दिंदा है नहीं चुप कर जा हुण पिछे दसना जरूरी अभी रुक जा खैस दूंगा मैं सब को जा रहा है यार कौन आ रहा दोबारा एकदम मजे दी पारी लेकर के जाऊंगा इनकी तरफ से भी पहलवाना दे पूरे इंडिया के पहलवान कराए जाने ने विक्की है ना मेरे सारे पहलवान नोट कर 6 तारीख का बराले का 6 झंडियां ने 6 आर पार हो गया 1 लाख तो शुरू हो गए 51 की तकदियां झंडियां ने बराले मंडल दी सारे भी नोट कर लगे ते थोड़ा समा कुश्ती दा बाकी है पर पहलवानों आर पार दी कुश्ती दिखाओ करो मन काय पहलवानी है आर पार मारो दाओ कोई इस तरह दे का आके नजारा आवे दर्शकों दी कुश्ती दा बढ़िया धाम मार के आर पार दी कुश्ती सन चाहिए जो 21000 दी माले दी झंडे दी कुश्ती आप अज देख रहे हैं विक्की चंडीगढ़ ते अच्छरा हल्ले दी कुश्ती आ हुशियार पर 6 तरीक नु 31000 ਦੇ ਇਹ ਵੀ ਪਸਾਰਿਆਂ ਨੇ ਨੋਟ ਕਰਨਾ ਹੈ ਜਸਪ੍ਰੀਤ ਸਿੰਘ ਜੀ ਮਾਲਵਾ ਤੇ ਹਨੀ ਮਾਲਵਾ ਕੁਲਚੇ ਛੋਲੇ ਕੁਲਚੇ ਦਾ ਲੰਗਰ ਫ੍ਰੀ ਚੱਲਦਾ ਹੈ ਜੇ ਕਿਸੇ ਜੀ ਨੇ ਸ਼ਗਨਾ ਉੱਤੇ ਜਾ ਕੇ ਕੋਈ ਸ਼ਖਸ ਨੇ ਮਾਲਵਾ ਟਾਇਰ ਮਾਲਵਾ ਫਾਰਮ ਮਾਲਵਾ ਥੈਂਕ ਯੂ ਸਰ ਮਾਲਵਾ ਜੀ ਨੇ ਬੱਚੇ ਆਪਨੇ ਦਿਏ ਮਾਲਵਾ ਫਾਈਨਾਂਸ ਮਾਲਵਾ ਪ੍ਰੋਪਰਟੀ ਇਹਨਾਂ ਬਿਨਾਂ ਦੇ ਆਪ ਪਾਸ ਪਰ ਕਹੀਏ मलिक जाऊंगा तकरीबन 6 मिनट का समय है इस कुश्ती का
बीता जा रहा समा अंधेरे पै रहे ने शाम पै रही ने हर एक बंदे ने अपनी परिवार जाना हुंदा है जावेगा खाली कल जग दुनिया विरला पांदा वाली गुलाम भरवान की गल करिए किकर बड़िया टक्कर गामा परवान रुस्तम हिंद पहलवान करीम बख्श गुजरा वाले के तगड़िया टक्कर हुई ने उस समय के पहलवान प्राणियों की मना दिन साझिया करते हैं लोग जी चुस्ती उठले पूरे इको कदकार के पहलवान इको या फिट इको जी उम्र बई बई साल की दोनों पहलवान खुच फड़न की कोशिश कड़ा चराया जवान ने आखो जी वाह जी वाह हूँ रंग भरया कुछ उड़ी उड़ी धूल मां मिट्टी की रंगला पंजाब रंगले पंजाब की किसत सनामा जिथे ने रब वर्गिया मावा पालण पुत बड़िया चावा धरती पंज दरियावा दी वाह जी वाह पंज मिनट का तकरीबन समा बाकी रहा इस कुश्तीदार पिछे लक वाह नौजवान ने दाव मारिया ये पहलवान अखाड़ा दुम छेरी का सूर विक्की के नाल बड़ी वधिया कुश्ती चल रही इस पहलवान की 21,000 ਦੀ ਤੇ ਮਾਲੀ ਦੀ ਚੰਗੀ ਹੈ ਸਾਰੇ ਟੀਮ ਦੇ ਬੰਦੇ ਨੂੰ ਮਿਲਣ ਦੇ ਕੋਲ ਪਰਮਿੰਦਰ ਬਣਾਉਂਦਾ ਨਾ ਕਰੀ ਨਿਕਲ ਜਾ ਹਾਂ ਵਾਹ ਜੀ ਵਾਹ ਹੁਣ ਦਾ ਮਾਰਦਾ ਨਾ ਜਾ ਪਿੱਛੇ ਤੋਂ ਲੱਕ ਨੂੰ ਫੜਿਆ ਤੁਨੇ ਬਾਵਾ ਦੇ ਨਾਲ ਵਿੱਕੀ ਪਹਿਲਵਾਨ ਕਾਲੇ ਜਾਂਗੇ ਤੇ ਲਾਲ ਜਾਂਗੇ ਸੂਰਜ ਇਹ ਨੌਜਵਾਨ ਦਾ ਸੰਗਲੀ ਜਿਹੜਾ ਪੰਡਾ ਮਹਾਰਾਸ਼ਟਰ ਸੂਰਜ ਦਾ ਜੱਸੇ ਦੇ ਨਹੀਂ ਮਤਲਬ ਹੈ महाकुश्ती दंगले साले वीर वालों अज आप टक रहे अज पिंड कुश्ती दंगल उपराला किया सूरज उपरले पासे विक्की थले ₹500 करोड़ तो वाइट मनी है इसके पास ओ वाला खेत है इंदौर में खंडवा में ओम कालेश्वर यहाँ पे क्या कर रहा है यहाँ अपना खाड़ा खोल रखा है वहाँ से बच्चों विदेश में जाता है सिर्फ 2 मिनट का बाकी है 2 मिनट का समा बाकी रहे कुश्ती का हरेक ने अपने फोन से मोबाइल चलाया है उस समय कुश्ती का पूरा माड़ा मजोर देखो खादिया खराब मेहनत बनाया शरीर इन्ह पहलवाना का तो अजकल नौजवानों को नसीहत चाहिए मेरी मारो जी ताड़ियां तकरीबन 1